ਤੁਸੀਂ ਜੁੜੇ ਹੋ ਖਾਲਸ ਟੀਵੀ ਦੇ ਨਾਲ ਮੈਂ ਤੁਹਾਡੇ ਨਾਲ ਰਾਜਪਿੰਦਰ ਕੌਰ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਅਸਲ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇੱਕ ਵਾਰੀ ਫਿਰ ਤੋਂ ਜਾਨ ਲੈਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫਲੋਰੀਡਾ ਦੇ ਵਿੱਚ ਉਹਨਾਂ ਦੇ 골ਫ ਕੋਰਸ ਤੇ ਗੋਲੀਬਾਰੀ ਕੀਤੀ ਗਈ ਹੈ ਸਾਬਕਾ ਰਾਸ਼ਟਰਪਤੀ ਇਸ ਹਮਲੇ ਦੇ ਵਿੱਚ ਵਾਲਵਾਲ ਬਚ ਗਏ ਨੇ ਪਰ ਮੌਕੇ ਤੋਂ ਇੱਕ AK47 ਬਰਾਮਦ ਹੋਈ ਹੈ ਇਸ ਹਮਲੇ ਸਬੰਧੀ ਜਾਰੀ ਬਿਆਨ ਦੇ ਵਿੱਚ FBI ਨੇ ਕਿਹਾ ਕਿ ਗੋਲੀ ਚੱਲਣ ਦੇ ਸਮੇਂ 트ੰਪ ਉਥੋਂ ਸਿਰਫ 247 ਤੋਂ ਲੈ ਕੇ 455 ਮੀਟਰ ਤੱਕ ਦੂਰ ਸੀ ਇੱਕ ਚਸ਼ਮਦੀ ਸੀ ਜੋ ਗਵਾਹ ਉਸਨੇ ਕਿਹਾ ਹੈ ਕਿ ਉਸਨੇ ਇੱਕ ਆਦਮੀ ਨੂੰ ਛਾੜੀਆਂ ਦੇ ਵਿੱਚੋਂ ਭੱਜਦੇ ਹੋਏ ਦੇਖਿਆ ਸੀ ਜੋ ਇੱਕ ਉਸ ਤੋਂ ਬਾਅਦ ਕਾਲੇ ਰੰਗ ਦੀ ਨਿਸ਼ਾਨਕਾਰ ਦੇ ਵਿੱਚ ਚਲਾ ਗਿਆ ਤਾਂ ਇਸ ਹਮਲੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ 트럼ਪ ਸੁਰੱਖਿਅਤ ਨੇ ਤਾਂ 트럼ਪ ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀਆਂ ਨੇ ਵੀ ਸ਼ੱਕੀ ਤੇ ਜੋ ਜਵਾਬੀ ਗੋਲੀਬਾਰੀ ਕੀਤੀ ਸੀ ਪਰ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਫਿਲਹਾਲ ਇਸ ਹਮਲੇ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਕਿਸੇ ਵੀ ਕੀਮਤ ਤੇ ਛੁਕਣ ਵਾਲੇ ਨਹੀਂ ਹੈ ਉਹਨਾਂ ਨੇ ਇੱਕ ਈਮੇਲ ਹੈ ਜੋ ਆਪਣੇ ਸਮਰਥਕਾਂ ਨੂੰ ਕੀਤੀ ਹੈ ਉਸ ਈਮੇਲ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਸੁਰੱਖਿਅਤ ਤਾਂ ਹੁਣ ਮੈਨੂੰ ਕੋਈ ਰਿਕਵਰਟ ਨਹੀਂ ਰੋਕ ਸਕਦੀ ਯਾਦ ਰੱਖੋ ਕਿ ਮੈਂ ਕਦੇ ਸਮਰਪਣ ਨਹੀਂ ਕਰਾਂਗਾ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਵੀ ਇਸ ਹਮਲੇ ਤੇ ਚਿੰਤਾ ਪ੍ਰਗਟਾਈ ਹੈ ਤੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੇ ਵਿੱਚ ਹਿੰਸਾ ਲਈ ਕੋਈ ਵੀ ਥਾਂ ਨਹੀਂ ਹੈ ਹਾਲਾਂਕਿ ਅਮਰੀਕਾ ਦੇ ਵਿੱਚ ਅਸੀਂ ਆਏ ਦਿਨ ਅਜਿਹੀਆਂ ਕਈ ਖਬਰਾਂ ਦੇਖਦੇ ਹਾਂ ਜਿੱਥੇ ਗੋਲੀਬਾਰੀ ਕੀਤੀ ਜਾਂਦੀ ਹੈ ਅਜੇ ਕੁਝ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਸਕੂਲੀ ਵਿਦਿਆਰਥੀ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਉਸ ਤੋਂ ਕੁਝ ਦਿਨ ਪਹਿਲਾਂ ਟ੍ਰੇਨ ਦੇ ਵਿੱਚ ਗੋਲੀਬਾਰੀ ਹੋਈ ਸੀ ਤਾਂ ਆਏ ਦਿਨ ਅਮਰੀਕਾ ਤੋਂ ਤੁਹਾਨੂੰ ਇਹ ਅਜਿਹੀਆਂ ਖਬਰਾਂ ਸੁਣਨ ਨੂੰ ਮਿਲ ਜਾਣਗੀਆਂ ਤਾਂ ਸਥਾਨਕ ਪੁਲਿਸ ਅਧਿਕਾਰੀ ਬ੍ਰੈਡਸ਼ੋ ਨੇ BBC ਨੂੰ ਇਸ ਹਮਲੇ ਬਾਰੇ ਵਿਸਥਾਰ ਦੇ ਵਿੱਚ ਦੱਸਿਆ ਪੂਰੀ ਜਾਣਕਾਰੀ ਉਹਨਾਂ ਦੇ ਦੁਆਰਾ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਉਸ ਸਮੇਂ ਉਹ ਮੌਕੇ ਤੇ ਮੌਜੂਦ ਸੀ ਸਰਵਿਸ ਏਜੰਟ ਨੇ ਬਹੁਤ ਵਧੀਆ ਕੰਮ ਕੀਤਾ ਸੀ ਉਸ ਦੇ ਅਨੁਸਾਰ ਅਧਿਕਾਰੀ ਨੇ ਪਹਿਲਾਂ ਹੀ ਦੇਖਿਆ ਸੀ ਕਿ ਵਾਰਡ ਦੇ ਅੰਦਰ ਇੱਕ ਰਾਈਫਲ ਦਿਖਾਈ ਦੇ ਰਹੀ ਹੈ ਜਿਸ ਤੋਂ ਤੁਰੰਤ ਬਾਅਦ ਸ਼ੱਕੀ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਉਹ ਫਰਾਰ ਹੋ ਗਿਆ ਜਵਾਬੀ ਫਾਇਰਿੰਗ ਵੀ ਕੀਤੀ ਗਈ ਹੈ ਫਿਲਹਾਲ ਅਜਿਹੀਆਂ ਖਬਰਾਂ ਹਨ ਕਿ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਦੂਜੇ ਪਾਸੇ ਵਾਈਟ ਹਾਊਸ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਤੇ ਹਰ ਅਪਡੇਟ ਤੇ ਨਜ਼ਰ ਰੱਖੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ 트럼ਪ ਦੇ ਉੱਪਰ ਇਹ ਦੂਸਰਾ ਹਮਲਾ ਸੀ ਇਸ ਤੋਂ ਪਹਿਲਾਂ ਵੀ ਹਮਲਾ ਹੋਇਆ ਸੀ ਤਾਂ ਹੁਣ ਇਹ ਹਮਲਾ ਇਸ ਤੇ ਲਈ ਮਾਇਨੇ ਰੱਖਦਾ ਕਿਉਂਕਿ ਫਲੋਰੀਡਾ ਵਿੱਚ ਇਸ ਤੋਂ ਪਹਿਲਾਂ ਵੀ 트럼ਪ ਦੇ ਉੱਤੇ ਜਾਨਲੇਵਾ ਹਮਲਾ ਹੋ ਚੁੱਕਾ ਸੋ ਇਸ ਦੀ ਜਾਂਚ ਆ ਜੋ ਬੜੀ ਮਾਇਨੇ ਰੱਖਦੀ ਹੈ ਦਰਅਸਲ 트럼ਪ ਇੱਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ ਜਦੋਂ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਸੀ ਤੇ ਇੱਕ ਗੋਲੀ 트럼ਪ ਦੇ ਕੰਨ ਨੂੰ ਲੱਗੀ ਸੀ ਉਸ ਹਮਲੇ ਤੋਂ ਤੁਰੰਤ ਬਾਅਦ ਸੀਕ੍ਰੀਟ ਸਰਵਿਸ ਏਜੰਟ ਸਰਗਰਮ ਹੋ ਗਏ ਸੀ ਤੇ ਹਮਲਾਵਰ ਨੂੰ ਮੌਕੇ ਤੇ ਹੀ ਖਤਮ ਕਰ ਦਿੱਤਾ ਗਿਆ ਸੀ ਤਾਂ ਮੁਲਜ਼ਮ ਦੀ ਪਛਾਣ 20 ਸਾਲਾ ਥਾਮਸ ਮੈਥਿਊ ਕਰੂਕਸ ਤੇ ਵਜੋਂ ਹੋਈ ਸੀ ਤਾਂ ਪਹਿਲਾ ਹਮਲਾ ਇੱਕ ਰੈਲੀ ਦੌਰਾਨ ਹੁੰਦਾ ਤੇ ਅੱਜ ਇਹ ਦੂਸਰਾ ਹਮਲਾ ਹੈ ਜਦੋਂ 골ਫ ਕੋਰਸ ਦੇ ਵਿੱਚ ਸੀ ਤਾਂ ਉਸ ਸਮੇਂ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬਚਾ ਰਿਹਾ ਏ ਹਾਲਾਂਕਿ ਜੋ ਹਮਲਾਵਰ ਸੀ ਭੱਜਨ ਦੇ ਵਿੱਚ ਕਾਮਯਾਬ ਹੋ ਗਿਆ ਪਰ ਤੇਖੀ ਨਜ਼ਰ ਇਸ ਮਾਮਲੇ ਦੇ ਉੱਤੇ ਰੱਖੀ ਜਾ ਰਹੀ ਆ ਤਾਂ ਇਸ ਮਾਮਲੇ ਨਾਲ ਜੁੜੀ ਹੋਈ ਹੋਰ ਜੋ ਵੀ ਅਪਡੇਟ ਸਾਹਮਣੇ ਆਏਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ